ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਹੁਣ ਪੰਜਾਬ ਦੇ ਵਿੱਚ ਵੀ ਸ਼ੁਰੂ ਹੋਣ ਜਾ ਰਹੀ ਹੈ ਮੱਖ ਮੰਤਰੀ ਅਤਿਰਥ ਯਾਤਰਾ ਸਕੀਮਾਂ ਸੀਐਮ ਆਣ ਤੇ ਕੇਜਰੀਵਾਲ ਦਿਖਾਉਣਗੇ ਹਰੀ ਚੰਡੀ ਦਿੱਲੀ ਅਤੇ ਹਰਿਆਣਾ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਤੀਰਥ ਯਾਤਰਾ ਜੋਇਨਾ ਸ਼ੁਰੂ ਹੋਣ ਜਾ ਰਹੀ ਹੈ ਜਾਣਕਾਰ ਦੇ ਅਨੁਸਾਰ 27 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਤੀਰਥ ਯਾਤਰਾ ਜੋਇਨਾ ਤਹਿਤ ਯਾਤਰਾ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਤੁਹਾਨੂੰ ਦੱਸਦੇ ਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਜੋਇਨਾ ਤਹਿਤ ਤੀਰਥ ਯਾਤਰਾ ਜੋਇਨਾ ਦੀ ਪਹਿਲੀ ਰੇਲ ਗੱਡੀ ਅਮ੍ਰitsar ਤੋਂ ਨਦੇੜ ਦੇ ਲਈ ਜਾਵੇਗੀ ਮੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਤੋਂ ਐਸਾ ਤੀਰਥ ਯਾਤਰਾ ਰੇਲ ਗੱਡੀ ਨੂੰ ਭਗਵੰਤ ਮਾਨ ਅਤੇ ਅਰਬੇਂਦਾ ਕੇਰੀਬਾਲ ਸਾਂਝੇ ਤੌਰ ਤੇ ਹਰੀ ਚੰਡੀ ਦੇ ਕੁਰਬਾਨਾ ਕਰਨਗੇ ਜਾਣਕਾਰੀ ਦੇ ਲਈ ਦੱਸਦੇ ਕਿ 6 ਨਵੰਬਰ ਨੂੰ ਪੰਜਾਬ ਕੈਬਨਿਟ ਦੇ ਵੱਲੋਂ ਮੱਖ ਮੰਤਰੀ ਤੀਰਥ ਯਾਤਰਾ ਜੋਇਨਾ ਨੂੰ ਮਨਜ਼ੂਰੀ ਦਿੱਤੀ ਗਈ ਇਸ ਤਹਿਤ 50000 ਤੋਂ ਬਾਅਦ ਦਾ ਸ਼ਰਧਾਲੂ ਕਈ ਤੀਰਥ ਸਥਾਨਾਂ ਦੇ ਦਰਸ਼ਨਾ ਕਰ ਸਕਣਗੇ ਹਰਦੀਪ ਨੱਜਰ ਕਤਲ ਕਾਂਡ ਨੂੰ ਲੈ ਕੇ ਭਾਰਤੀ ਰਾਜਦੂਤਾਂ ਨੇ ਜ਼ਾਹਰ ਕੀਤੀ ਨਾਰਾਜ਼ਗੀ ਲਾਏ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ ਤਾਂ ਉਸ ਤੋਂ ਖਾਲਸਤਾਨੀ ਅੱਤਵਾਦੀ ਹਰਦੀਪ ਸਿੰਘਾਂ ਨੱਜਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਸ਼ੁਰੂ ਹੋਈ ਕੜਤਨ ਲਗਾਤਾਰ ਬਾਦੀ ਜਾਰੀਆ ਹੁਣ ਕੈਨੇਡਾ ਦੇ ਵਿੱਚ ਆ ਭਾਰਤੀ ਰਾਜਦੂਤ ਨੇ ਨੱਜਰ ਕਤਲ ਕਾਂਡ ਦੀ ਜਾਂਚ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਭਾਰਤ 'ਤੇ ਲਾਏ ਗਏ ਦੋਸ਼ ਬੇਬੁਨਿਆਦ ਦਾ ਭਾਰਤੀ ਰਾਜਦੂਤਾ ਭਾਰਤ ਦੇ ਰਾਜਦੂਤਾ ਸੰਜੇ ਕੁਮਾਰ ਬਰਮਣ ਕਹ ਕੇ ਖਾਲਸਤਾਨੀ ਅੱਤਵਾਦੀ ਹਰਦੀਪ ਸਿੰਘਾ ਨਿੱਜਰ ਦੇ ਕਤਲ ਦੀ ਜਾਂਚ ਹਜੇ ਪੂਰੀ ਨਹੀਂ ਹੋਈ ਇਸ ਦੇ ਬਾਵਜੂਦ ਕੈਨੇਡਾ ਸਰਕਾਰ ਨੇ ਭਾਰਤ 'ਤੇ ਦੋਸ਼ ਲਾਏ ਹਨ ਬਿਨਾ ਕਿਸੇ ਠੋਸ ਸਬੂਤ ਦੇ ਭਾਰਤ ਨੂੰ ਦੋਸ਼ੀ ਠਹਿਰਾਇਆ ਗਿਆ ਇਸ ਕਾਰਨ ਨਵੀਂ ਦਿੱਲੀ ਜਸਟਨ ਟ੍ਰੂਡੋ ਦੇ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾ ਵਾਲੇ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੋੜਾ ਮਾਜਰਾ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਤੋਹਫਾ ਹੁਣ ਚਾਵਾ ਦੇ ਨਾਲ ਹੋਣਗੇ ਵਿਆਹ ਤਾਂ ਦੋਸਤੋ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸੰਘਾ ਜੋੜਾ ਮਾਜਰਾ ਨੇ ਕੱਲ ਸਮਨ ਹਲਕੇ ਦੇ ਪਿੰਡ ਕਿਹੜੀ ਮੰਨੀਆਂ ਵੇਖੇ 70 ਲੱਖ ਰੁਪਏ ਦੇ ਲਾਗਤ ਦੇ ਨਾਲ ਤਿਆਰ ਕੀਤੇ ਗਏ ਕਮਿਊਨਿਟੀ ਸੈਂਟਰ ਕਮ ਮੈਰਿਜ ਪੈਲਸ ਦਾ ਉਦਘਾਟਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਦਿਹਾਤੀ ਖੇਤਰਾਂ ਵਿੱਚ ਵੀ ਸ਼ਹਿਰਾਂ ਦੀ ਤਰਜ਼ ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਜੋੜਾ ਮਾਜਰਾ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਸ ਮੈਰਿਜ ਪੈਲਸ ਦੇ ਲਈ 5 ਲੱਖ ਰੁਪਏ ਹੋਰ ਆਵਾਦੂ ਸਹੂਲਤਾਂ ਪ੍ਰਦਾਨ ਕਰਨ ਲਈ ਜਾਰੀ ਕੀਤੇ ਜਾਣਗੇ ਉਹਨਾਂ ਦੱਸਿਆ ਕਿ ਇਸ ਪੈਲਸ ਨੂੰ ਐਸਾ ਪੈਂਡ ਸਮੇਤ ਨੇੜਲੇ ਪਿੰਡਾਂ ਦੇ ਵਸਨੀਕਾਂ ਦੇ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਅਤੇ ਹੋਰ ਆਕਾਰਜਾਂ ਦੇ ਲਈ ਵਰਤਿਆ ਜਾ ਸਕੇਗਾ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਇੱਕ ਚੰਗੇ ਮੈਰਿਜ ਪੈਲਸ ਦੇ ਤਰਜ਼ ਤੇ ਸਾਰੀਆਂ ਸੁਵਿਧਾਵਾਂ ਬਹੁਤ ਹੀ ਨਾ ਮਾਤਰਾ ਕਿਰਾਏ ਦੇ ਉੱਤੇ ਉਪਲਬਧ ਹੋਣਗੀਆਂ ਉਹਨਾਂ ਨੇ ਅੱਗੇ ਦੱਸਿਆ ਕਿ ਸਮਨ ਹਲਕੇ ਦੇ ਸਾਰੇ ਪਿੰਡਾਂ ਨੂੰ ਕਲਸਟਰ ਬਣਾ ਕੇ ਅਜਿਹੇ ਮੈਰਿਜ ਪੈਲਸਾਂ ਦੀ ਸਹੂਲਤ ਪ੍ਰਦਾਨ ਕਰਨ ਦੇ ਲਈ 15 ਦੇ ਕਰੀਬਾ ਮੈਰੇਜ ਆ ਪੈਲਸ ਆ ਪਿੰਡਾਂ ਦੇ ਵਿੱਚ ਆ ਬਣਾਏ ਜਾਣਗੇ ਇੱਥੇ ਪਿੰਡ ਦੇ ਐਸ்சி ਬੀਸੀ ਅਤੇ ਲੋੜਵੰਦ ਦਾ ਪਰਿਵਾਰਾਂ ਸਮੇਤ ਆਮ ਲੋਕਾਂ ਨੂੰ ਬਹੁਤ ਹੀ ਘੱਟ ਫੀਸ ਤੇ ਚੰਗੀਆਂ ਸਹੂਲਤਾਂ ਮਿਲਣਗੀਆਂ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵਿਸ਼ੇਸ਼ ਅਪੀਲ ਕਰਮੀਆ ਕਿ ਪਿੰਡਾਂ ਨੂੰ ਹਰ ਪੱਖੋਂ ਬੈਕਸਟੱਟ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਿਆ ਮੋਦੀ ਦੀ ਸੁਰੱਖਿਆ ਕਤਾਹੀ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਬਠਿੰਡਾ ਦੇ ਐਸਪੀ ਨੂੰ ਕੀਤਾ ਮੁਅਤਲ ਪ੍ਰੋਹੀਪਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਵਿੱਚ ਕਤਾਹੀ ਹੋਣ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਮਿਲੀ ਜਾਣਕਾਰੀ ਦੇ ਮੁਤਾਬਕਾ ਬਠਿੰਡਾ ਦੇ ਐਸਪੀ ਗੁਰਵਿੰਦਰ ਸਿੰਘਾ ਸੰਗਾ ਨੂੰ ਮੁਅਤਲ ਕੀਤਾ ਗਿਆ ਦੱਸਦੇ ਕਿ ਡੀਜੀਪੀ ਦੀ ਰਿਪੋਰਟ ਦੇ ਮੁਤਾਬਕ ਇਹ ਕਾਰਵਾਈ ਕੀਤੀ ਗਿਆ ਗੁਰਵਿੰਦਰ ਸਿੰਘਾ ਉਸ ਸਮੇ ਐਸਪੀ ਆਪਰੇਸ਼ਨ ਅਫਰੋਇ ਪਰ ਤਾਇਨਾਤ ਅਸੀਂ ਦੱਸ ਰਿਹਾ ਕਿ ਐਸਐਸਬੰਧੀਆਕਰ ਰਿਪੋਰਟ ਪੰਜਾਬ ਦੇ ਡੀਜੀਪੀ ਦੇ ਵੱਲੋਂ 18 ਅਕਤੂਬਰ 2023 ਨੂੰ ਦਿੱਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਐਸਪੀ ਨੇ ਆਪਣੀ ਡਿਊਟੀ ਸਹੀ ਢੰਗ ਦੇ ਨਾਲ ਨਹੀਂ ਨਿਭਾਈ ਕਾਬਲੇਗੌਰਖੇ ਪ੍ਰਧਾਨ ਮੰਤਰੀ ਮੋਦੀ 5 ਜਨਵਰੀ 2022 ਨੂੰ ਬਟੰਡਾ ਤੋਂ ਫਰੋਇ ਪਰ ਸੜਕ ਦੇ ਰਾਹੀ ਜਾ ਰਹੇ ਸਨ ਪਰ ਕਿਸਾਨਾਂ ਨੇ ਰਸਤਾ ਰੋਕ ਦਿੱਤਾ ਜਿਸ ਤੋਂ ਬਾਅਦ ਉਹਨਾਂ ਦਾ ਕਾਫਲਾ ਰੋਇਪੜ ਦੇ ਪਿਆਰੇ ਆਣਾ ਫਲਾਈਓਵਰ ਤੇ 20 ਮਿੰਟਾਂ ਦੇ ਲਈ ਰੁਕਿਆ ਜਿੱਥੋਂ ਉਹਨਾਂ ਦੇ ਕਾਫਲੇ ਨੇ ਯੂ ਟਰਨ ਲੈ ਕੇ ਵਾਪਸ ਪਰਤਣਾ ਸੀ ਕੇਂਦਰ ਸਰਕਾਰ ਨੇ ਦਿੱਤੀ ਖੁਸ਼ਖਬਰੀ ਇਨਾ ਮਲਾਇਮਾਂ ਦੀ ਤਨਖਾਹ ਦੇ ਵਿੱਚ ਹੋਇਆ ਵਾਅਦਾ ਕੇਂਦਰ ਸਰਕਾਰ ਨੇ ਛੇਵੇਂ ਅਤੇ ਪੰਜਵੇਂ ਤਨਖਾਹ ਕਮਿਸ਼ਨ ਦੇ ਪਹਿਲਾਂ ਤੋਂ ਹੀ ਸੋਧੇ ਹੋਏ ਤਨਖਾਹ ਸਕੇਲ ਅਨੁਸਾਰ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਨੂੰ ਖੁਸ਼ਖਬਰੀ ਦਿੱਤੀ ਹੈ ਸੈਂਟਰਲ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ ਵਿੱਚ ਕੰਮ ਕਰਦੇ ਇਹਨਾਂ ਕਰਮਚਾਰੀਆਂ ਨੇ ਮਹਿੰਗਾਈ ਭੱਤੇ ਦੇ ਵਾਅਦਾ ਕੀਤਾ ਗਿਆ ਹੈ ਵਧੇ ਹੋਏ ਡੀਏ ਨੂੰ 1 ਜੁਲਾਈ 2023 ਤੋਂ ਲਾਗੂ ਮੰਨਿਆ ਜਾਵੇਗਾ ਇਹ ਮੁਲਾਜ਼ਮਾਂ ਲੰਬੇ ਸਮੇਂ ਤੋਂ ਸਰਕਾਰ ਦੇ ਐਲਾਨ ਦੀ ਉਡੀਕ ਕਰ ਰਹੇ ਸਨ ਕਿਉਂਕਿ ਕੇਂਦਰ ਸਮੇਤ ਕਈ ਰਾਜਾਂ ਨੇ ਦੀਵਾਲੀ ਤੋਂ ਪਹਿਲਾਂ ਹੀ ਹੋਰਾ ਮਲਾਈਮਾ ਦੇ ਮਹंगाई ਪੱਤੇ ਦੇ ਵਿੱਚ ਵਾਅਦਾ ਕਰ ਦਿੱਤਾ ਸੀ ਆਉ ਜਾਂਦਾ ਹੈ ਕਿ ਇਸ ਫੈਸਲੇ ਦੇ ਨਾਲ ਕਰਮਚਾਰੀਆਂ ਨੂੰ ਕਿੰਨਾ ਫਾਇਦਾ ਹੋਵੇਗਾ ਕਿੰਨਾ ਫਾਇਦਾ ਹੋਵੇਗਾ ਮਹंगाई ਪੱਤੇ ਦੀ ਗਣਨਾ ਕਰਮਚਾਰੀ ਦੇ ਮੁੱਢਲੇ ਤਨਖਾਹ ਦੇ ਆਧਾਰ ਤੇ ਕੀਤੀ ਜਾਂਦੀ ਹੈ ਦੇ ਨਾਲ 40000 ਰੁਪਏ ਦੀ ਬੇਸ ਤਨਖਾਹ ਵਾਲੇ ਕਰਮਚਾਰੀ ਤਨਖਾਹ ਦੇ ਵਿੱਚ ਲਗਭਗ 7000 ਰੁਪਏ ਦਾ ਵਾਧਾ ਹੋਵੇਗਾ ਇਸ ਫੈਸਲੇ ਦਾ ਲਾਭ ਆ ਪੈਨਸ਼ਨ ਆ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਮਿਲੇਗਾ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਐਕਸ਼ਨ ਦੇ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਕੱਲ ਪਟਿਆਲਾ ਪੁੱਜ ਐਸ ਦਰਾਂ ਉਨਾ ਪਟਿਆਲਾ ਜ਼ਿਲ੍ਹੇ ਦੇ ਨਾਲ ਸਬੰਧਤ ਡਰੇਂਜ ਅਤੇ ਸਿੰਚਾਈ ਵਿਭਾਗ ਦੇ ਸਮੂਹ ਅਧਿਕਾਰੀਆਂ ਦੇ ਨਾਲ ਪਹਿਲੀ ਸਮੀਖਿਆ ਮੀਟਿੰਗ ਕੀਤੀ ਅਤੇ ਮੱਖ ਮੰਤਰੀ ਭਗਵੰਤ ਮਾਨ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਨ ਦਾ ਸਪਸ਼ਟ ਸੁਨੇਹਾ ਦਿੱਤਾ ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਗੁਰਲਾਲ ਸੰਘਾ ਕਨੌਰ ਵੀ ਮੰਜੂਸਾਨਾ ਚੇਤਨ ਸੰਘਾ ਜੋੜਾ ਮਾਜਰਨ ਕੈਕ ਮੁੱਖ ਮੰਤਰੀ ਭਗਵੰਤ ਸੰਘਾ ਮੰਨਦਾ ਟੀਚਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਨਹਿਰਾਂ ਦੇ ਪਾਣੀ ਦੇ ਬਾਅਦ ਤੋਂ ਬਾਅਦ ਵਰਤੋਂ ਕਰਕੇ ਇਸ ਨੂੰ ਹਰ ਖੇਤ ਅਤੇ ਟੀਲਾਂ ਤੱਕ ਪਹੁੰਚਦਾ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਸਿੰਚਾਈ ਦੇ ਲਈ ਟਿਊਬਲਾਂ ਦੇ ਉੱਪਰ ਨਿਰਪਰਤਾ ਘਟਾਈ ਜਾ ਸਕੇ ਉਹਨਾਂ ਨੇ ਕਹਿ ਕੇ ਧਰਤੀ ਹੇਠਲਾ ਪਾਣੀ ਲਗਾਤਾਰ ਘਟਦਾ ਜਾ ਰਿਹਾ ਤੇ ਇਸ ਦੇ ਲਈ ਜੇਕਰ ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਨਾ ਨਿਭਾਈ ਤਾਂ ਅਗਲੀਆਂ ਪੀੜ੍ਹੀਆਂ ਸਾਨੂੰ ਨਹੀਂ ਬਖਸ਼ਣਗੀਆਂ ਲਾਟੋਵਾਲਾ ਟੋਲ ਦੀਆਂ ਦਰਾਂ ਦੇ ਵਿੱਚ ਵੱਡਾ ਵਾਧਾ 165 ਰੁਪਏ ਦੀ ਜਗ੍ਹਾ ਕਾਰ ਦੇ ਚਾਰਜ ਕੀਤੇ ਜਾਣਗੇ 215 ਰੁਪਏ ਬਿਨਾ ਫਾਸਟੈਗ ਦੇ ਦੁੱਗਣਾ ਟੋਲ ਤਕਰੀਬਨ 4 ਮਹੀਨੇ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਨੇ ਟੋਲ ਪਲਾਜ਼ਾ ਦੇ ਰੇਟਾਂ ਵਿੱਚ ਅੱਜਾਫਾ ਕੀਤਾ ਅਥਾਰਟੀ ਨੇ ਬੀਤੀ ਰਾਤ ਰੇਟ ਦੇ ਵਿੱਚ 30% ਤੱਕ ਦਾ ਵਾਦਾ ਕਰ ਦਿੱਤਾ ਹੈ ਦਾ ਸਿੱਧਾ ਅਸਰ ਲੁਧਿਆਣਾ ਜਲੰਧਰਾ ਤੇ ਪੰਜਾਬ ਦੇ ਹੋਰ ਆ ਮੁਸਾਫਰਾਂ ਦੇ ਉੱਪਰ ਪਵੇਗਾ ਜਿੱਥੇ ਕਾਰ ਦੇ 165 ਰੁਪਏ ਚਾਰਜ ਕੀਤੇ ਜਾਂਦੇ ਸਨ ਹੁਣ 215 ਰੁਪਏ ਲੈ ਜਾਣਗੇ ਇਸ ਦੇ ਨਾਲ ਹੀ ਫਾਸਟੈਗ ਵਾਲੇ ਵਾਹਨਾਂ ਦੇ ਕੋਲ ਇੱਕ ਟ੍ਰੈਪ ਦਾ ਦੁੱਗਣਾ ਚਾਰਜ ਲਿਆ ਜਾਵੇਗਾ ਕਾਰ ਦੇ ਵਿੱਚ ਅਗਰ ਫਾਸਟੈਗ ਨਹੀਂ ਆਤਾ ਹੈ ਤਾਂ ਇਸ ਦੇ ਲਈ 430 ਰੁਪਏ ਦੇਣੇ ਪੈਣਗੇ ਏ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦੈਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਤੱਕ ਸੀਮਤ ਹੈ ਗੈਰ ਵਪਾਰਕਾ ਵਾਹਨਾਂ ਦੇ ਲਈ ਪਾਸ ਲਈ ਰੇਟਾ 330 ਰੁਪਇਆ 3 ਐਕਸਲ ਵਾਲੇ ਵਪਾਰਕਾ ਵਾਹਨ ਨੂੰ ਯਾਤਰਾ ਦੇ ਲਈ 795 ਰੁਪਏ 4 ਤੋਂ 6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਅਤੇ 7 ਜੈਸ ਤੋਂ ਬਾਅਦ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦਾ ਟੋਲ ਅਦਾ ਕਰਨਾ ਪਵੇਗਾ 에ਰਪੋਰਟ ਰ ਉੜਦੇ ਬਾਲ ਜਾਣ ਵਾਲੇ ਹੋ ਜਾਣ ਸਾਵਧਾਨ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲ ਜਨਤਾ ਦੇ ਲਈ ਐਡਵਾਈਜ਼ਰੀ ਜਾਰੀ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੇ 3 ਦਿਨਾਂ ਦੇ ਵਿਰੋਧ ਦੇ ਮੱਦੇਨਜ਼ਰ ਉਹਨਾਂ ਨੂੰ ਸਰਹਾਦ ਤੇ ਰੁਕਣ ਦੀ ਤਿਆਰੀ ਕਰ ਲਈ ਹੈ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਸ਼ਹਿਰ ਦੇ ਅੰਦਰ ਨਹੀਂ ਵੜਨ ਦਿੱਤਾ ਜਾਵੇਗਾ ਦੇ ਲਈ ਪੁਲਿਸ ਵੱਲੋਂ ਵੈਰੀਕੇਡਿੰਗ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਲਈ ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਫਿਲਹਾਲ ਸਾਰੇ ਮਾਰਗਾਂ ਤੇ ਆਵਾਜਾਈ ਸੁਚਾਰੂ ਢੰਗ ਦੇ ਨਾਲ ਚੱਲ ਰਹੀ ਆ ਕਿਸਾਨ ਕੱਲ ਤੋਂ ਹੀ ਮਹਾਲਿਆ ਤੇ ਪੰਚਕੂਲਾ ਦੇ ਵਿੱਚ ਇਕੱਠੇ ਹੋ ਗਏ 26 27 ਅਤੇ 28 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਰੋਸ਼ ਪ੍ਰਦਰਸ਼ਨ ਕਰਨ ਗਿਆ ਤੋਂ ਬਾਅਦ ਉਹ ਟਰੈਕਟਰ ਟਰਾਲੀ ਦੇ ਨਾਲ ਚੰਡੀਗੜ੍ਹ ਸਰਹੱਦ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਨੂੰ ਆਪਣੀ ਸੀਮਾ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਰੋਕ ਲਿਆ ਜਾਵੇਗਾ ਇਸ ਲਈ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦੀ ਮਹਾਲਿਆ ਤੇ ਪੰਚਕੂਲਾ ਦੇ ਪੁਲਸ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ। ਅਗਲੀ ਖਬਰਾਂ ਬੈਂਕਾ ਖਾਤੇ ਚੋਂ ਪੈਸੇ ਕਢਵਾਉਣ ਤੇ ਦੇਣਾ ਪਵੇਗਾ ਟੈਕਸ। ਕਿੰਨੀ ਰਕਮਾਂ ਕਢਵਾਈ ਜਾ ਸਕਦੇ ਇੱਕ ਸਾਲ ਵਿੱਚ ਜਾਣੋ। ਤਾਂ ਦੋਸਤੋ ਜੇ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਪਏ ਪੈਸੇ ਨੂੰ ਕਿਸੇ ਵੀ ਸਮੇਂ ਕਢਵਾਉਂਦਾ ਭਰੋਸਾ ਰੱਖਦੇ ਹੋ ਤਾਂ ਇਸ ਦੇ ਲਈ ਥੋੜਾ ਇੰਤਜ਼ਾਰ ਕਰੋ। ਤੁਹਾਨੂੰ ਆਪਣੇ ਪੈਸੇ ਕਢਵਾਉਣ ਦੀ ਦੁਬਾਰਾ ਯੋਜਨਾ ਬਣਾਉਣੀ ਪਵੇਗੀ। ਤਾਂ ਜੋ ਤੁਸੀਂ ਬੇਲੋੜੇ ਟੈਕਸਾਂ ਦਾ ਭੁਗਤਾਨ ਕਰਨ ਤੋਂ ਬਚੋ ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਇੱਕ ਸਾਲ ਦੇ ਵਿੱਚ ਕਿੰਨੀ ਰਕਮ ਕਢਵਾਈ ਜਾ ਸਕਦੀ ਹੈ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਕਢਵਾਉਣ ਦੇ ਲਈ ਫੀਸ ਦਾ ਭੁਗਤਾਨ ਕਰਨ ਦਾ ਨਜਮਾ ਨਾ ਸਿਰਫ ਆਟਮਾ ਟਰਾਂਜੈਕਸ਼ਨਾਂ ਤੇ ਲੱਗ ਹੁੰਦਾ ਬਲਕਿ ਅਜਿਹਾ ਨਜਮਾ ਬੈਂਕ ਤੋਂ ਪੈਸੇ ਕਢਵਾਉਣ ਦੇ ਲਈ ਵੀ ਲੱਗ ਹੁੰਦਾ ਹੈ ਕਿੰਨੇ ਨਗਦੇ ਕਢਵਾਏ ਜਾ ਸਕਦੇ ਆ ਤੁਹਾਨੂੰ ਲੱਗਦਾ ਹੈ ਕਿ ਉਹ ਆਪਣੇ ਬੈਂਕਾ ਖਾਤੇ ਦੇ ਵਿੱਚ ਲੋਕਾ ਜਿੰਨੀ ਮਰਜ਼ੀ ਨਗਦੀ ਕਢਵਾ ਸਕਦੇ ਹਨ ਪਰ ਇਨਕਮ ਟੈਕਸ ਐਕਟ ਦੇ ਧਾਰਾ 194 ਨ ਦੇ ਤਹਿਤ ਜੇ ਕੋਈ ਵਿਅਕਤੀ ਇੱਕ ਵਿੱਤੀ ਸਾਲ ਦੇ ਵਿੱਚ 20 ਲੱਖ ਰੁਪਏ ਤੋਂ ਵੱਧ ਕਢਵਾਉਂਦਾ ਹੈ ਤਾਂ ਉਸ ਨੂੰ TDS ਦਾ ਭੁਗਤਾਨ ਕਰਨਾ ਹੋਵੇਗਾ ਹਾਲਾਂਕਿ ਇਹ ਨਿਯਮਾ ਸਿਰਫ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਲਗਾਤਾਰ 3 ਸਾਲਾਂ ਤੋਂ ਇਨਕਮ ਟੈਕਸ ਰਿਟਰਨ ਨਹੀਂ ਭਰੀ ਹੈ ਅਜਿਹੇ ਲੋਕਾਂ ਨੂੰ ਜੇ ਕਿਸੇ ਬੈਂਕ ਕਾਪਰੇਟਾ ਜਾਂ ਡਾਕਨ ਤੋਂ ਵੀ ਲੱਖ ਰੁਪਏ ਤੋਂ ਵੱਧ ਦੀ ਰਕਮ ਆਕੜਵਾਈ ਜਾਂਦੇ ਆ ਤਾਂ ਟੀ ਡੀਐਸ ਦਾ ਭੁਗਤਾਨ ਕਰਨਾ ਹੋਵੇਗਾ ਰੇਲ ਯਾਤਰਾ ਕਰਨ ਵਾਲਿਆਂ ਦੇ ਲਈ ਆਈ ਖੁਸ਼ਖਬਰੀ ਤੁਹਾਨੂੰ ਉਸ ਤੋਂ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਟ੍ਰੇਨਾਂ ਦੇ ਵਿੱਚ ਯਾਤਰੀਆਂ ਦੇ ਸਹੂਲਤ ਦੇ ਲਈ ਵਧੀਆ ਪ੍ਰਬੰਧਾਂ ਕੀਤੇ ਗਿਆ ਨੇ ਇਸ ਦੇ ਨਾਲ ਹੀ ਯਾਤਰੀਆਂ ਦੇ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਥੜਿਆਂ ਤੇ ਬੈਠੇ ਕੌਜਾ ਕੈਟਰਜਾ ਕੌਜਾ ਦੁਕਾਨਦਾਰ ਮਾੜਾ ਖਾਣਾ ਪਰੋਸ ਕੇ ਲੋਕਾਂ ਦੇ ਸਿਹਤ ਦੇ ਨਾਲ ਖਲਬਾੜ ਕਰ ਰਹੇ ਹਨ ਐ ਸਸਮਸਾ ਦੇ ਮੱਦੇ ਨਾਜ਼ਰ ਰੈਲਵੇ ਪ੍ਰਸ਼ਾਸਨ ਨੇ ਨਵੀਂ ਨੀਤੀ ਲਾਗੂ ਕੀਤੀ ਹੈ ਜਿਸ ਦੇ ਤਹਿਤ ਟ੍ਰੇਨਾਂ ਜਾਂ ਪਲੇਟਫਾਰਮਾਂ ਤੇ ਯਾਤਰੀਆਂ ਨੂੰ ਘਟੀਆ ਖਾਣਾ ਪਰੋਸਣ ਵਾਲਿਆਂ ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਜੇਕਰ ਜੋਗਾ ਕਿ ਰੈਲਵੇ ਵਿਭਾਗ ਦੇ ਵੱਲੋਂ ਅਜਿਹੇ ਕਦਮਾ ਖਾਣਾ ਖਰਾਬ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੁੱਕਿਆ ਗਿਆ ਪਾਲਿਸੀ ਦੇ ਅਨੁਸਾਰ ਭੋਜਨ ਦੇ ਵਿੱਚ ਚੂਹਾ ਜਾ ਕਰਲੀ ਮਿਲਣ ਦੀ ਪਹਿਲੀ ਸ਼ਿਕਾਇਤ ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਜੇਕਰ ਉਸ ਤੋਂ ਬਾਅਦ ਕੋਈ ਗਲਤੀ ਹੋਈ ਤਾਂ ਠੇਕਾ ਰੱਦ ਕਰ ਦਿੱਤਾ ਜਾਵੇਗਾ ਜੇਕਰ ਵਿਭਾਗ ਦੁਆਰਾ ਪ੍ਰਵਾਨਤਾ ਕੈਟਰ ਜਾਤਰੀਆਂ ਨੂੰ ਭੋਜਨ ਪ੍ਰੋਸਨ ਦੇ ਵਿੱਚ ਕੋਈ ਗਲਤੀ ਕਰਦਾ ਤਾਂ ਉਸ ਨੂੰ ਪੰਜ ਮੌਕੇ ਦਿੱਤੇ ਜਾਣਗੇ ਜਦੋਂ ਕਿ ਛੇਵੇਂ ਮੌਕੇ ਤੇ ਠੇਕਾ ਰੱਦ ਕਰ ਦਿੱਤਾ ਜਾਵੇਗਾ